ਸਿੰਘ ਕਲੱਬ ਹੈ ਤੇ ਮਾਲਵਾ ਸਪੋਰਟਸ ਕਲੱਬ ਉਧਰਲੀ ਸਾਈਡ ਹੈ। ਇਹ ਵੀ ਬੜਾ ਸਵੇਰ ਦਾ ਮੈਚ ਖੇਡਿਆ ਜਾਵੇਗਾ। ਇੱਕ ਪਾਸੇ ਚੰਦੀ ਵਰਗੇ ਹਰਜੀਤ ਬਠਿੰਡੇ ਵੱਲ ਕਰ ਲਓ ਪਹਿਲੀ ਕਬੱਡੀ ਇਸ ਮੈਚ ਦੀ। ਕਹਿੰਦੇ ਵੀ ਰਾਮਗੜ੍ਹ ਪਿੰਡ ਸਕੋਜਨ ਦਾ ਬਦਲੀ ਕਬੱਡੀ ਦਾ ਸਟਾਰ ਖਿਡਾਰੀ ਹੈ, ਪਿਆਰ ਨਾਲ ਬਿੱਲਾ ਆਖਦੇ ਨੇ, ਕੋਈ ਗੁਰਪ੍ਰੀਤ ਸਿੰਘ ਆਖਦਾ। ਮਾਰਦਾ ਹੋਇਆ ਹੱਸ ਕੇ ਡਾਕਾ, ਵੇਖੋ ਕਿਹੜਾ ਹੋ ਕੇ ਕੋਸ਼ਿਸ਼ ਕਰਦਾ, ਲੱਗਿਆ ਹੋਇਆ ਨਹੀਂ, ਟੱਚ ਨਹੀਂ ਲੱਗਿਆ ਨੌਜਵਾਨ। ਵੇਖੋ ਚਾਰ ਜਾਫੀ ਵਿੱਚੋਂ ਸੰਦੀਪ ਸ਼ੇਖ ਪ੍ਰਵਾਹ ਕਰਦਾ ਹੋਇਆ ਟਰਾਈ, ਪਰ ਨੰਬਰ ਬਿੱਲੇ ਦਾ ਨੰਬਰ ਬਿੱਲਾ ਆਪਣੀ ਟੀਮ ਲਈ ਪਹਿਲਾ ਅੰਕ ਜੋੜਦਾ ਹੋਇਆ। ਹਾਂਜੀ ਖਿਡਾਰੀ ਵੀਰੇ, ਕੰਨੀ ਸੈਟਰੀ ਤੋੜਨਾ ਲਈ ਟੈਕਨੀਕਲ ਪੁਆਇੰਟ ਰੇਡਰ ਨੂੰ ਦਿੱਤਾ ਜਾਵੇਗਾ। ਕੰਨੀ ਵਾਲਾ ਪਲੇਅਰ ਛੱਡ ਸਕਦੇ, ਚਾਲੋ ਤਿਆਰੀ ਟੁੱਟਣੀ ਚਾਹੀਦੀ। ਕਹਿੰਦੇ ਵੀ ਪਰਮਜੀਤ ਇਸੇ ਨਗਰ ਦਾ ਖਿਡਾਰੀ, ਤਾੜੀ ਮਾਰ ਦੇ ਇੱਕ ਵਾਰੀ ਖੁੱਲ ਕੇ, ਜਿਹੜਾ ਕਬੱਡੀ ਪਾਉਣ ਦੇ ਲਈ ਜਾ ਰਿਹਾ ਹੈ। ਕਹਿੰਦੇ ਸੈਫ ਅਲੀ ਸਾਹਿਬ ਦੇ ਹੈਪੀ ਵਰਗਾ ਸੋਹਣਾ ਜਿਹਾ ਸਰੀਰ ਇਸ ਨੌਜਵਾਨ ਦਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਮਾਣ ਵਾਲੀ ਗੱਲ ਹੈ, ਜ਼ਰੂਰ ਯਕੀਨ ਰੱਖੋ ਜੇਕਰ ਮਿਹਨਤ ਲਾਉਂਦਾ ਰਿਹਾ ਤਾਂ। ਤਲਵਾਰੇ ਨੂੰ ਵੀ ਕਹਿੰਦੇ ਜਿਵੇਂ ਦੁਰਬੇ ਨੂੰ ਦੁਨੀਆਂ ਜਾਣਦੀ ਹੈ, ਜਿਵੇਂ ਟੋਂਕਿਆਂ ਨੂੰ ਦੁਨੀਆਂ ਜਾਣਦੀ ਹੈ, ਸੋ ਤਲਵਾਰੇ ਦਾ ਨਾਂ ਵੀ ਕਹਿੰਦੇ ਪੰਜਾਬ ਦੇ ਬੱਚੇ ਬੱਚੇ ਦੇ ਜਵਾਨ ਤੋਂ ਹੋਵੇਗਾ ਜੇਕਰ ਪਰਮਜੀਤ ਵਰਗੇ ਖਿਡਾਰੀ ਮਿਹਨਤ ਲਾ ਕੇ ਵਧੀਆ ਪ੍ਰਦਰਸ਼ਨ ਕਰ ਰਹੇ। ਉਧਰਲੇ ਪਾਸੇ ਕਬੱਡੀ ਬਿਆਸ ਵਾਲਾ ਮੱਦੀ ਪਾਉਂਦਾ ਹੋਇਆ ਵੱਜਦੇ ਹੋਏ ਧੱਕੇ, ਸਮੇਂ ਦੀਆਂ ਬਾਤਾਂ ਨੇ ਕਹਿੰਦੇ ਜਾਫੀ ਵੀ ਬੜਾ ਸ਼ੇਰ ਆ ਜਾਫੀ ਹੈ ਪਰ ਨੰਬਰ ਮੱਦੀ ਦਾ। ਲੋ ਇਧਰਲੇ ਪਾਸੇ ਫਿਰ ਕਬੱਡੀ ਹੈਪੀ ਪਾਉਂਦਾ ਹੋਇਆ, ਕਹਿੰਦੇ ਵੀ ਸ਼ੇਖ ਮਾਲਵਾ ਸਪੋਰਟਸ ਕਲੱਬ ਵੱਲੋਂ। ਦੇਖੋ ਚਾਰ ਜਾਫੇ ਵਿੱਚੋਂ ਬਲਜੀਤ ਸਿੰਘ ਲੀਲਾ ਵਾਲਾ, ਅੰਮੂ ਰਾਮਗੜ੍ਹ ਵਾਲਾ, ਕਿਹੜਾ ਬੱਚੇ ਕੋਸ਼ਿਸ਼ ਕਰਦਾ, ਹੱਕ ਆਇਆ ਲੱਗਦਾ ਹੋਇਆ ਟੈਕ ਨੰਬਰ ਹੈਪੀ ਆਪਣੀ ਟੀਮ ਲਈ ਜੋੜਦਾ ਹੋਇਆ। ਬਿੱਲਾ ਫਿਰ ਕਬੱਡੀ ਪਾਉਂਦਾ ਹੈ ਰਾਮਗੜ੍ਹ ਵਾਲਾ, ਵੇਖੋ ਚਾਰ ਜਾਫੀਆਂ ਦੇ ਵਿੱਚੋਂ ਕਿਹੜਾ ਫੜ ਕੇ ਕਰਦਾ ਟਰਾਈ। ਉਧਰਲੇ ਪਾਸੇ ਕਹਿੰਦੇ ਵੀ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕੀ, ਵਾਹਿਗੁਰੂ ਮਿਹਰ ਰੱਖੇ, ਕਹਿੰਦੇ ਹਲਕ ਤੇ ਅੱਖ ਤੇ ਲੱਗੀ ਹਲਕੀ ਜੀ ਚੋਟ, ਪਾਣੀ ਦੇ ਸਿੱਟੇ ਮਾਰਨਾ ਵੀਰੇ। ਲੋ ਪਰਮਜੀਤ ਕਹਿੰਦੇ ਵੀ ਫਿਰ ਕਬੱਡੀ ਪਾਉਂਦਾ ਹੋਇਆ ਕਿ ਕਬੱਡੀ ਕਬੱਡੀ ਖੇਡਣਾ, ਕਬੱਡੀ ਮੇਰਾ ਸ਼ੌਂਕ, ਗੱਲਾਂ ਹੋਣ ਸ਼ਹਿਰ, ਗੱਲਾਂ ਹੋਣ ਪਿੰਡਾਂ ਤੇ ਗੱਲਾਂ ਹੋਣ ਵਿੱਚ ਚੌਂਕ, ਉਹ ਅਕਸਰ ਨੂੰ ਤਰ ਜਾਂਦੇ ਜਿਹਨਾਂ ਨੂੰ ਕਹਿੰਦੇ ਸ਼ੌਂਕ। ਇੱਕ ਵਾਰੀ ਤਾੜੀ ਮਾਰ ਦਿਆ ਕਰੋ, ਕਹਿੰਦੇ ਪਿੰਡ ਦਾ ਖਿਡਾਰੀ ਜੇ ਕਬੱਡੀ ਪਾਉਂਦਾ ਹੈ ਤਾਂ ਪਿੰਡ ਵਾਲਿਆਂ ਨੂੰ, ਪਿੰਡ ਦੀ ਟੀਮ ਹੋਵੇ ਜਾਂ ਖਿਡਾਰੀ ਹੋਵੇ, ਬੜਾ ਹੌਸਲਾ ਹੁੰਦਾ ਵੀ ਆਹ ਨੌਜਵਾਨ ਸਾਡੇ ਪਿੰਡ ਦਾ ਹੈ। ਸੋ ਵਾਹਿਗੁਰੂ ਮਿਹਰ ਰੱਖੇ, ਆਉਣ ਵਾਲੇ ਸਮੇਂ ਵਿੱਚ ਤਰੱਕੀ ਕਰੇ ਨੌਜਵਾਨ। ਤਲਵਾਰੇ ਦਾ ਨਾਂ ਵੀ ਕਹਿੰਦੇ ਬੱਚੇ ਬੱਚੇ ਜਵਾਨ ਤੇ ਹੋਵੇਗਾ। ਲੋ ਬਿਆਸ ਏਰੀਆ ਕਹਿੰਦੇ ਮੱਦੀ ਫਿਰ ਕਬੱਡੀ ਪਾਉਂਦਾ ਹੋਇਆ, ਉਧਰਲੇ ਪਾਸੇ ਸੰਦੀਪ ਸਿੰਘ ਪਿਆਰ ਨਾਲ ਕੜੱਕੀ ਆਖਦੇ ਨੇ ਕਰਦਾ ਹੋਇਆ ਟਰਾਈ, ਨੰਬਰ ਮੱਦੀ ਦਾ ਨੰਬਰ ਸ਼ਹੀਦ ਭਗਤ ਸਿੰਘ ਕਲੱਬ ਦੇ ਲਈ ਜੋੜਦਾ ਹੋਇਆ। ਉਧਰਲੇ ਪਾਸੇ ਹਰਪ੍ਰੀਤ ਸਿੰਘ ਫਿਰ ਕਰਦਾ ਹੋਇਆ ਟਰਾਈ, ਇੱਕ ਪਾਸੇ ਬਲਜੀਤ ਸਿੰਘ ਲੀਲਾ ਵਾਲਾ, ਨਾਲ ਕਹਿੰਦੇ ਲੀਲਾ ਰਾਮਗੜ੍ਹ ਵਾਲਾ, ਨਾਲ ਆਮੂ ਰਾਮਗੜ੍ਹ ਵਾਲਾ, ਨਾਲ ਖਾੜੇ ਵਾਲਾ, ਕਹਿੰਦੇ ਵੀ ਜਾਫੀ ਵੇਖੋ ਕਿਹੜਾ ਵਰਕੇ ਕੋਸ਼ਿਸ਼ ਕਰੇਗਾ। ਲੋ ਦੋ ਨੰਬਰ ਤੋਂ ਕੀਤੀ ਹੋਈ ਟਰਾਈ, ਆਹ ਜਾਫੀ ਵੀ ਕਹਿੰਦੇ ਬਦਲੀ ਕਬੱਡੀ ਦਾ ਵਧੀਆ ਜਾਫੀ ਹੈ ਪਰ ਨੰਬਰ ਹੈਪੀ ਆਪਣੀ ਟੀਮ ਲਈ ਜੋੜਦਾ ਹੋਇਆ। ਕਹਿੰਦੇ ਭਰੀ ਅੰਗ ਅੰਗ ਵਿੱਚ ਕਿਸੇ ਪਾਸੋਂ ਨਹੀਂ ਢਿੱਲਾ, ਰਾਮਗੜ੍ਹ ਦਾ ਨਾਂ ਕਹਿੰਦੇ ਉਹਦੀ ਕਬੱਡੀ ਵਿੱਚ ਚੱਕੀ ਫਿਰਦਾ ਬਿੱਲਾ, ਪਰ ਉਧਰਲੇ ਪਾਸੇ ਵੇਖੋ ਕਹਿੰਦੇ ਵੀ ਗੁਰੂ ਸਰ ਮੁਕਤਸਰ ਏਰੀਏ ਵਿੱਚ ਨਗਰ ਵਿੱਚ ਇਸ ਨੌਜਵਾਨ ਦਾ ਪਿੰਡ ਹੈ ਜੋ ਕਰਦਾ ਹੋਇਆ ਟਰਾਈ, ਪਰ ਬਿੱਲਾ ਬੜਾ ਤੇਜ਼ ਖਿਡਾਰੀ ਹੈ, ਲੰਬੀ ਸਪ੍ਰਿੰਟ ਦਾ ਲੈਂਦਾ ਹੋਇਆ ਫਾਇਦਾ, ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਸ਼ਹੀਦ ਭਗਤ ਸਿੰਘ ਕਲੱਬ ਦੇ ਲਈ। ਉਧਰਲੇ ਪਾਸੇ ਗੋਰੇ ਮਸ਼ੂਰੇ ਰੰਗ ਦੇ ਵਿੱਚ ਤਲਵਾਰੇ ਵਾਲਾ ਪਰਮਜੀਤ ਫਿਰ ਕਬੱਡੀ ਪਾਉਂਦਾ ਹੋਇਆ, ਕਹਿੰਦੇ ਵੀ ਖਿਡਾਰੀਆਂ ਦਾ ਬੜਾ ਸਹਿਯੋਗ ਹੈ ਇਸ ਲੀਗ ਦੇ ਲਈ ਕਿ ਅੱਗੇ ਹੋ ਕੇ ਅਹੁਦਾ ਚੱਕਿਆ ਕਿ ਸਾਡੇ ਪਿੰਡ ਦੇ ਵਿੱਚ ਵੀ ਕਰਵਾਇਆ ਜਾਵੇ ਲੀਗ। ਲਓ ਬਾਜੀ ਹੋਈ ਪ੍ਰੈਸ, ਨੰਬਰ ਪਰਮਜੀਤ ਦਾ ਆਪਣੀ ਟੀਮ ਲਈ ਜੋੜਦਾ ਹੋਇਆ। ਪਹਿਲਾ ਲੀਗ ਮੈਚ ਖੇਡਿਆ ਤੇ ਖਿਡਾਰੀ ਦੀ ਗੇਮ ਵਿੱਚ ਨਿਖਾਰ ਥੋੜਾ ਸੀ, ਫਿਰ ਲੀਗ ਮੈਚ ਖੇਡਿਆ ਤਾਂ ਕਹਿੰਦੇ ਹੋਰ ਫਰਕ ਪਿਆ, ਤੀਜਾ ਲੀਗ ਮੈਚ ਖੇਡਿਆ ਹੋਰ ਫਰਕ ਪਿਆ, ਅੱਜ ਚੌਥਾ ਲੀਗ ਮੈਚ ਖੇਡ ਰਿਹਾ ਹੈ ਤੇ ਹੋਰ ਕੱਟ ਵੀ ਇਹ ਚ ਨਿਖਾਰ ਆਇਆ। ਮਾਰਦਾ ਹੋਇਆ ਪ੍ਰੈਸ, ਮਾਰਦਾ ਹੋਇਆ ਹਲਕੇ ਹਲਕੇ ਟੱਚ, ਸੋ ਇਸੇ ਤਰ੍ਹਾਂ ਅੱਗੇ ਅੱਗੇ ਵੀ ਵਧੀਆ ਕਹਿੰਦੇ ਵੀ ਪ੍ਰਦਰਸ਼ਨ ਦੇ ਵਿੱਚ ਫਰਕ ਆਵੇਗਾ ਖਿਡਾਰੀ ਦੇ। ਇਧਰਲੇ ਪਾਸੇ ਬਠਿੰਡੇ ਵਾਲਾ ਹਰਜੀਤ ਕਰਦਾ ਹੋਇਆ ਟਰਾਈ, ਨੰਬਰ ਮੱਦੀ ਬਿਆਸ ਵਾਲਾ ਆਪਣੀ ਟੀਮ ਲਈ ਜੋੜਦਾ ਹੋਇਆ।
ਲੋਹਾਕੀ ਫਿਰ ਕਬੱਡੀ ਪਾਉਂਦਾ ਹੈ ਇਸ ਸਮੇਂ। ਦੇਖੋ ਚਾਰ ਜਾਫੀਆਂ ਦੇ ਵਿੱਚੋਂ ਬਰਜੀਤਾ ਲੀਲਾ ਵਾਲਾ ਜਾਂ ਨੀਲਾ ਰਾਮਗੜ ਵਾਲਾ ਕਰੇਗਾ ਟਰਾਈ। ਲੋ ਆਹ ਵਾ ਨੀਲਾ ਕਹਿੰਦੇ ਮਾਰਦਾ ਹੋਇਆ ਪੁਸ ਆਪਣੀ ਟੀਮ ਲਈ ਨੰਬਰ ਜੋੜਦਾ ਹੋਇਆ, ਇਹ ਆ ਨੀਲਾ ਰਾਮਗੜ ਵਾਲਾ ਕਹਿੰਦੇ ਵੀ। ਇਸ ਤੋਂ ਅਗਲਾ ਮੈਚ ਪੰਜਾਬੀ ਮੈਟਰੋ ਤੇ ਜੰਗ ਸਪੋਰਟਸ ਕਲੱਬ ਦਾ ਹੋਵੇਗਾ। ਲੋ ਇਧਰਲੇ ਪਾਸੇ ਕਬੱਡੀ ਬਿੱਲਾ ਫਿਰ ਪਾਉਂਦਾ ਹੋਇਆ, ਲੋ ਦੂਸਰੇ ਪਾਸੇ ਕਰਦਾ ਹੋਇਆ ਜਾਫੀ ਟਰਾਈ, ਪਰ ਬਿੱਲਾ ਬੜਾ ਤੇਜ਼ ਖਿਡਾਰੀ ਹੈ ਪਾਪਾ ਦਾ, ਆਪਣੀ ਟੀਮ ਲਈ ਅੰਕ ਜੋੜਦਾ ਹੋਇਆ। ਲੋ ਫਿਰ ਕਹਿੰਦੇ ਪਰਮਜੀਤ ਤਲਵਾੜੇ ਵਾਲਾ ਕਬੱਡੀ ਪਾਉਂਦਾ ਹੋਇਆ, ਚਾਰ ਜਾਫੀਆਂ ਦੇ ਵਿੱਚੋਂ ਵੇਖੋ ਕਿਹੜਾ ਵੱਧ ਕੇ ਕਰਦਾ ਟਰਾਈ ਇਸ ਨੌਜਵਾਨ ਨੂੰ ਡੱਕਣ ਦੀ। ਲੋ ਬਰਜੀਤਾ ਲੀਲਾ ਵਾਲਾ ਕਰਦਾ ਹੋਇਆ ਟਰਾਈ ਡਿੱਗਦਾ ਹੋਇਆ, ਪਰਮਜੀਤ ਉਧਰਲੇ ਪਾਸੇ ਬਾਜੀਆਂ ਹੋਈਆਂ ਖਿੱਚਾਂ, ਸਮੇਂ ਦੀਆਂ ਵਾਰਤਾ ਹੋਣਗੀਆਂ ਵੀ ਨੰਬਰ ਕੀ ਦੇ ਹੱਕ ਵਿੱਚ, ਨੰਬਰ ਪਰਮਜੀਤ ਦੇ ਹੱਕ ਦੇ ਵਿੱਚ। ਮੈਂ ਪਹਿਲਾਂ ਦੱਸਿਆ ਵੀ ਇਹ ਖਿਡਾਰੀ ਦੀ ਗੇਮ ਦੇ ਵਿੱਚ ਦਿਨੋ ਦਿਨ ਨਿਖਾਰ ਆਉਂਦਾ ਜਾ ਰਿਹਾ ਹੈ, ਤੇ ਵਾਹਿਗੁਰੂ ਮਿਹਰ ਕਰੇ ਵੀ ਇੱਕ ਦਿਨ ਕਹਿੰਦੇ ਪੰਜਾਬ ਦੇ ਕਬੱਡੀ ਕੱਪਾਂ ਦੇ ਪਰਮਜੀਤ ਤਲਵਾੜੇ ਵਾਲਾ ਪਰਮਜੀਤ ਤਲਵਾੜੇ ਵਾਲਾ ਹੋ ਜਾਵੇ, ਤਾਂ ਕਿ ਇਸ ਨਗਰ ਦਾ ਨਾਂ ਵੀ ਹੋਵੇ, ਇਸ ਖਿਡਾਰੀ ਦਾ ਨਾਂ ਵੀ ਹੋਵੇ, ਜੋ ਸੁਪਨੇ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਰੱਖੇ ਨੇ ਰਾਹ ਪੂਰੇ ਕਰੇ। ਲੋ ਇਧਰਲੇ ਪਾਸੇ ਬੈਂਸ ਵਾਲਾ ਮੱਦੀ, ਇਧਰਲੇ ਪਾਸੇ ਕਹਿੰਦੇ ਗੁਰੂ ਸਰ ਏਰੀਆ, ਇਸ ਨੌਜਵਾਨ ਦਾ ਗੁਰੂ ਸਰ ਪਿੰਡ ਮੁਕਤਸਰ ਦੇ ਵਿੱਚ, ਉੱਚੇ ਲੰਬੇ ਕੱਦ ਵਾਲਾ ਖਿਡਾਰੀ ਵੱਧ ਕੇ ਲਾਉਂਦਾ ਹੋਇਆ ਜੱਫਾ, ਕਹਿੰਦੇ ਵੀ ਮੁਕਤਸਰ ਏਰੀਆ ਭਾਵੇਂ ਬਿਆਸ ਭਾਵੇਂ ਕਹਿੰਦੇ ਵੀ ਸੰਗਰੂਰ, ਪੰਜਾਬ ਦੇ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਖਿਡਾਰੀ ਕਹਿੰਦੇ ਵੀ ਇਸ ਕੈਂਪ ਦੇ ਵਿੱਚ ਭਾਗ ਲੈ ਰਹੇ ਨੇ, ਆਪਣਾ ਘਰ ਬਾਰ ਛੱਡ ਕੇ ਰਹਿ ਰਹੇ ਨੇ, ਉਹਨਾਂ ਖਿਡਾਰੀਆਂ ਦੀ ਮਿਹਨਤ ਨੂੰ ਰੱਬ ਰੰਗ ਲਾਵੇ। ਉਧਰਲੇ ਪਾਸੇ ਕਬੱਡੀ ਫਿਰ ਐਪੀ ਸ਼ੇਰਪੁਰ ਵਾਲਾ ਪਾਇਆ ਹੈ, ਚਾਰ ਜਾਫਿਆਂ ਵਿੱਚੋਂ ਪਹਿਲਾਂ ਕਹਿੰਦੇ ਨੀਲੇ ਰਾਮਗੜ ਵਾਲੇ ਟਰਾਈ ਕੀਤੀ ਤੇ ਜੱਫਾ ਲਾਇਆ ਸੀ, ਹੁਣ ਵੇਖੋ ਕਿਹੜਾ ਵੱਜ ਕੇ ਕੋਸ਼ਿਸ਼ ਕਰਦਾ ਹੈ ਸਨੀ ਜਾਂ ਮੂੰਹ ਕਹਿੰਦੇ ਨੇ। ਉਧਰਲੇ ਪਾਸੇ ਖੜੇ ਵਾਲਾ ਜਾਫੀ ਕਰਦਾ ਹੋਇਆ ਕੋਸ਼ਿਸ਼, ਬਾਜੀ ਹੋਈ ਮੋਟੇ ਪੱਟਾਂ ਨੂੰ ਖਿੱਚ, ਨੰਬਰ ਜਾਫੀ ਦਾ ਨੀ ਨੰਬਰ ਧਾਵੀ ਦਾ, ਨੰਬਰ ਧਾਵੀ ਦਾ। ਲੋ ਅਗਲੀ ਕਬੱਡੀ ਫਿਰ ਬਿੱਲਾ ਰਾਮਗੜ ਵਾਲਾ ਪਾਉਣ ਦੇ ਲਈ ਵਾਧਾ ਹੋਇਆ ਸ਼ਹੀਦ ਊਧਮ ਸਿੰਘ ਕਲੱਬ ਵੱਲੋਂ। ਲੋ ਉਧਰਲੇ ਪਾ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਮਾਲਵਾ ਸਪੋਰਟਸ ਕਲੱਬ ਦਾ। ਲੋ ਆ ਜਾਫੀ ਕਹਿੰਦੇ ਪਿਆਰ ਦੇ ਨਾਲ ਕਹਿੰਦੇ ਚੰਦੀ ਲਾ ਦਿੰਦਾ ਰੇਡਰਾਂ ਤੇ ਪਾਬੰਦੀ, ਕਰਕੇ ਸਿੱਖ ਦੌਲਤ ਵਾਲੇ ਦਾ ਨਿਖਾਰਿਆ ਹੋਇਆ ਖਿਡਾਰੀ, ਪਰ ਸਮੇਂ ਦੀਆਂ ਵਾਰਤਾ ਹੋਣਗੀਆਂ। ਬਿੱਲਾ ਬੜਾ ਤੇਜ਼ ਖਿਡਾਰੀ ਹੈ ਚੰਦੀ, ਬਚੇ ਹੋਏ ਹਲਕੇ ਜੇ ਤਾਲੀਆਂ ਮਾਰਦੇ ਵੀ ਕਹਿੰਦੇ ਬੜਾ ਸਿਰੇ ਦਾ ਪ੍ਰਦਰਸ਼ਨ ਜਾਂ ਬੜਾ ਸਿਰੇ ਦਾ ਜ਼ੋਰ ਲੈ ਕੇ ਨੰਬਰ ਲਿਆ ਬੱਲੇ ਨੇ, ਬੜਾ ਪੱਬਾਂ ਦਾ ਤੇਜ਼ ਖਿਡਾਰੀ ਹੈ ਚੰਦੀ ਦੀ ਕੀਤੀ ਹੋਈ ਟਰਾਈ, ਪਰ ਮੁੰਡਾ ਹੱਥਾਂ 'ਚੋਂ ਤਿਲਕਦਾ ਜਾਵੇ ਉਹ ਗੱਲ ਹੋਈ ਪਈ ਸੀ, ਮੁੰਡਾ ਹੱਥਾਂ 'ਚੋਂ ਤਿਲਕ ਕੇ ਗਿਆ ਕਹਿੰਦੇ। ਲੋ ਤਲਵਾੜੇ ਵਾਲਾ ਪਰਮਜੀਤ ਫਿਰ ਕਬੱਡੀ ਪਾਇਆ ਹੈ, ਗੁਲਾ ਮਸੋਲਾ ਰੰਗ ਟਿਪ ਟਿਪ ਚੋਂਦਾ ਹੋਇਆ ਮੁਰਗਾ, ਵੇਖੋ ਚਾਰ ਜਾਫੀਆਂ ਦੇ ਵਿੱਚੋਂ ਕਿਹੜਾ ਵੱਜ ਕੇ, ਲੋ ਨੀਲਾ ਰਾਮਗੜ ਵਾਲਾ ਟਰਾਈ ਕਰਦਾ ਹੋਇਆ ਕਹਿੰਦੇ ਵੀ ਭਾਈ ਜਾਂ ਸਰੀਰ ਇਸ ਨੌਜਵਾਨ ਦਾ ਆਪਣੇ ਜ਼ੋਰ ਦਾ ਲੈਂਦਾ ਹੋਇਆ ਫੈਲਾ, ਇੱਕ ਪਾਸੇ ਪਰਮਜੀਤ ਇੱਕ ਪਾਸੇ ਨੀਲਾ, ਵੱਜਦੇ ਹੋਏ ਧੱਕੇ, ਸਮੇਂ ਦੀਆਂ ਵਾਰਤਾ, ਨੰਬਰ ਨੰਬਰ ਕਹਿੰਦੇ ਵੀ ਪਰਮਜੀਤ ਤਲਵਾੜੇ ਵਾਲਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਕਹਿੰਦੇ ਵੀ ਜਦੋਂ ਪਰਮਜੀਤ ਨੰਬਰ ਲੈਂਦਾ ਕੋਈ ਲਲਕਾਰਾ ਮਾਰਦਾ ਕੋਈ ਖੰਗੂਰਾ ਮਾਰਦਾ, ਕਿਉਂਕਿ ਪਿੰਡ ਦੇ ਖਿਡਾਰੀ ਦਾ ਹੁੰਦਾ ਹੀ ਹੈ ਹੌਸਲਾ ਕਰਨਾ। ਉਧਰਲੇ ਪਾਸੇ ਮੱਦੀ ਬਿਆਸ ਵਾਲਾ ਕਬੱਡੀ ਪਾ ਰਿਹਾ, ਇੱਕ ਪਾਸੇ ਹਰਜੀਤ ਬਠਿੰਡੇ ਵਾਲਾ, ਇਹ ਆ ਕਹਿੰਦੇ ਵੀ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕੀ, ਪਰ ਮੱਦੀ ਕਹਿੰਦਾ ਵੀ ਮੈਂ ਭੱਜਣ ਦਾ ਸ਼ੌਕੀਨ ਹਾਂ, ਬੜਾ ਪੱਬਾਂ ਦਾ ਸੋਹਣਾ ਖਿਡਾਰੀ ਹੈ ਮੱਦੀ ਬਿਆਸ ਵਾਲਾ। ਹਰਜੀਤ ਬਠਿੰਡੇ ਵਾਲਾ ਕਰਦਾ ਹੋਇਆ ਟਰਾਈ, ਪਰ ਨੰਬਰ ਨੰਬਰ ਇਧਰਲੇ ਪਾਸੇ ਮੱਦੀ ਬਿਆਸ ਵਾਲਾ ਆਪਣੀ ਟੀਮ ਲਈ ਜੋੜਦਾ ਹੋਇਆ। ਹੈਪੀ ਸ਼ੇਰਪੁਰ ਵਾਲਾ ਫਿਰ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ, ਚਾਰ ਜਾਫੀਆਂ ਵਿੱਚੋਂ ਕਿਹੜਾ ਦੇਖੋ ਵੱਧ ਕੇ ਕੋਸ਼ਿਸ਼ ਕਰਦਾ ਹੈ, ਸੋ ਨਸ਼ਾ ਰਹਿਤ ਇਹ ਲੀਗ ਕਰਵਾਈ ਜਾ ਰਹੀ ਹੈ, ਸੋ ਸਾਰੇ ਪੰਜਾਬ ਦੇ ਕਹਿੰਦੇ ਵੀ ਹੋਰ ਵੀ ਕੱਪਾਂ ਤੇ ਇਹੀ ਰੂਲ ਚਾਹੀਦਾ ਵੀ ਖਿਡਾਰੀਆਂ ਨੂੰ ਕੋਲੇ ਬੈਠਣ ਦਾ ਬੁਕਸ ਬਣਾਇਆ ਹੋਵੇ, ਕੋਲੇ ਕੱਪੜੇ ਉਤਾਰ ਕੇ ਬੈਠਣ, ਤਾਂ ਕਿ ਲੋਕਾਂ ਨੂੰ ਟੀਮਾਂ ਡੇਕਣੀਆਂ ਨਾ ਪੈਣ, ਖਿਡਾਰੀ ਕੋਲ ਬੈਠੇ ਹੋਣਗੇ ਕੋਈ ਗਿਲਵਾ ਸਿਕਵਾ ਨਾ ਹੋਵੇ, ਕਿਉਂਕਿ ਕਬੱਡੀ ਬਦਨਾਮ ਬੜੀ ਹੋ ਚੁੱਕੀ ਹੈ ਵੀ ਨਸ਼ਾ ਕਰਕੇ ਖੇਡਦੇ ਨੇ ਖਿਡਾਰੀ, ਪਰ ਇਹਨਾਂ ਖਿਡਾਰੀਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਿਤੇ ਮੋਟਰ ਤੇ ਬੈਠਾ ਕਿਤੇ ਇੱਧਰ ਦੂਰ ਨੇੜੇ ਕੋਈ ਸ਼ਿਕਾਇਤ ਮਿਲਦੀ ਤਾਂ ਤੁਸੀਂ ਆ ਕੇ ਉਸ ਵੇਲੇ ਟੀਮ ਪ੍ਰਬੰਧਕਾਂ ਨਾਲ ਗੱਲਬਾਤ ਕਰ ਸਕਦੇ ਹੋ, ਸੋ ਖਿਡਾਰੀਆਂ ਦਾ ਐਕਸ਼ਨ ਵੀ ਲਿਆ ਜਾਵੇਗਾ, ਕਿਉਂਕਿ ਨਸ਼ਾ ਰਹਿਤ ਲੀਗ ਕੀਤੀ ਜਾ ਰਹੀ ਹੈ, ਸੋ ਕੋਈ ਖਿਡਾਰੀ ਵੀ ਨਸ਼ਾ ਕਰਕੇ ਨਹੀਂ ਖੇਡਦਾ। ਉਧਰਲੇ ਪਾਸੇ ਬਿੱਲਾ ਲੰਬੀ ਸਪ੍ਰਿੰਟ ਦਾ ਲੈਂਦਾ ਹੋਇਆ ਫਾਇਦਾ, ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ।
ਕਹਿੰਦੇ ਕਬੱਡੀ ਦਾ ਵੀ ਤਰੱਕੀ ਤੇ ਕਬੱਡੀ ਦਾ ਪੜੇ ਪਹਾੜਾ ਕਬੱਡੀ ਦੇ ਵੀ ਤਰੱਕੀ ਤੇ ਕਬੱਡੀ ਦਾ ਪੜੇ ਪਹਾੜਾ ਪਰਮਜੀਤ ਨਾਂ ਤੇ ਪਿੰਡ ਤਲਵਾੜਾ ਦੋਨੋਂ ਪੈਂਦੇ ਟੁੱਟ ਕੇ ਨੰਬਰ ਲੈ ਕੇ ਉਂਗਲ ਖੜੀ ਕਰਕੇ ਤੁਰਦਾ ਇਹ ਨੌਜਵਾਨ ਦਾ ਵੀ ਨਾਂ ਬੋਲੂਗਾ ਜਦ ਮੇਲਿਆਂ ਤੇ ਕੱਠ ਹੋਊਗਾ ਜੁੜਦਾ ਜਦ ਮੇਲਿਆਂ ਤੇ ਕੱਠ ਹੋਊਗਾ ਜੁੜਦਾ ਉਧਰਲੇ ਪਾਸੇ ਮੱਝੀ ਬਿਆਸ ਵਾਲਾ ਫਿਰ ਅਗਲੀ ਕਬੱਡੀ ਪਾਉਂਦੇ ਨੇ ਵਾਧਾ ਆਇਆ ਚਾਰ ਜਾਫਿਆਂ ਵਿੱਚੋਂ ਕਹਿੰਦੇ ਸ਼ੇਰਪੁਰ ਵਾਲਾ ਜੀਤਾ ਪਿਆਰ ਲੈਣਾ ਅੰਬੂ ਆਖਦੇ ਨੇ ਇੱਕ ਅਲੀ ਦੇ ਸੰਦੀਪ ਸਿੰਘ ਟੜੱਕੀ ਦੇਖੋ ਗਗਨ ਜਾਂ ਕਿਹੜਾ ਜਾਫੀ ਵੜ ਕੇ ਟਰਾਈ ਕਰਦਾ ਹੈ ਲਓ ਆਵਾ ਜੀਤਾ ਸ਼ੇਰਪੁਰ ਵਾਲਾ ਪਿਆਰ ਦੇ ਨਾਲ ਕਹਿੰਦੇ ਵੀ ਅੰਬੂ ਆਖ ਦਿੰਦੇ ਨੇ ਨੌਜਵਾਨ ਨੂੰ ਪਰ ਨੰਬਰ ਮੱਝੀ ਬਿਆਸ ਵਾਲਾ ਆਪਣੀ ਟੀਮ ਲਈ ਜੋੜਦਾ ਆਇਆ ਹੈਪੀ ਸ਼ੇਰ ਪ੍ਰਭਾਵ ਫਿਰ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫਿਆਂ ਤੋਂ ਲੀਲਾ ਮੇਘ ਸਿੰਘ ਵਾਲਾ ਬਰਜੀਤ ਸਿੰਘ ਦਿਖਾ ਫਿਰ ਆਪਣਾ ਸਿਰੇ ਦਾ ਪ੍ਰਦਰਸ਼ਨ ਨੌਜਵਾਨਾਂ ਤੇਰੀਆਂ ਵੀ ਕਹਿੰਦੇ ਗੱਲਾਂ ਹੁੰਦੀਆਂ ਭਾਵੇਂ ਦੁਆਬੇ ਦੀ ਗੱਲ ਹੋਵੇ ਭਾਵੇਂ ਮਾਲਵੇ ਦੀ ਆਵਾ ਬਲਜੀਤ ਸਿੰਘ ਲੀਲਾ ਮੇਘ ਸਿੰਘ ਵਾਲਾ ਬੜਾ ਸਿਰੇ ਦਾ ਜਾਫੀ ਹੈ ਵੀ ਨੌਜਵਾਨ ਬੜਾ ਯਾਦਦਾਰ ਜਾਫੀ ਲਗਾਈ ਜਾਫੀ ਹੈ ਉਧਰਲੇ ਪਾਸੇ ਲਾਉਂਦਾ ਹੋਇਆ ਧੱਕਾ ਦੇ ਕੇ ਨੰਬਰ ਆਪਣੀ ਟੀਮ ਲਈ ਜੱਫਾ ਬੜਾ ਸਿਹਰ ਅੰਕ ਜੋੜਿਆ ਇਸ ਨੌਜਵਾਨ ਨੇ ਇਸ ਤੋਂ ਅਗਲਾ ਮੈਚ ਪੰਜਾਬੀ ਮੈਟਰੋ ਤੇ ਜੰਗ ਸਪੋਰਟਸ ਕਲੱਬ ਦਾ ਹੋਵੇਗਾ ਹਰਜੀਤ ਸਿੰਘ ਬਠਿੰਡੇ ਵਾਲਾ ਰਫਲਾ ਰੱਖਣ ਦੇ ਸ਼ੌਕੀ ਵੇਖੋ ਸਮਾਂ ਬੀਤਦਾ ਹੋਇਆ ਆਵਾ ਨੌਜਵਾਨ ਕਹਿੰਦੇ ਅੱਖ ਝਟਕੀ ਤੇ ਪਾਟਾਂ ਦੀ ਖੁੱਚ ਭਰ ਲਈ ਨੌਜਵਾਨ ਨੇ ਬੜਾ ਸਿਰੇ ਦਾ ਜੱਫਾ ਲਾਇਆ ਬੜਾ ਦਿਮਾਗ ਵਾਲਾ ਇਹ ਆ ਗਗਨਦੀਪ ਸਿੰਘ ਚੰਦੀ ਸੇਖ ਚੌਕ ਵਾਲਾ ਆਪਣੇ ਸਮੇਂ ਦੇ ਵਿੱਚ ਸਿਰੇ ਦਾ ਖੇਡਿਆ ਹੈ ਆਸਟ੍ਰੇਲੀਆ ਦੇ ਕਹਿੰਦੇ ਵੀ ਕੱਪਾ ਦੇ ਬੜਾ ਬੱਲੇ ਬੱਲੇ ਕਰਵਾਈ ਇਸ ਖਿਡਾਰੀ ਨੇ ਵੀ ਅੱਜ ਕਬੱਡੀ ਕੋਚ ਦੀਆਂ ਸੇਵਾਵਾਂ ਨਿਭਾ ਰਿਹਾ ਹੈ ਉਸ ਤੇ ਕਹਿੰਦੇ ਵੀ ਉਦਮ ਸਦਕਾ ਇਹ ਲੀਗ ਦੇ ਮੈਚ ਕਰਾਏ ਜਾ ਰਹੇ ਇਹਨਾਂ ਖਿਡਾਰੀਆਂ ਦੇ ਵਿੱਚੋਂ ਹੀ ਕਹਿੰਦੇ ਬਾਬਾ ਨੰਦ ਸਿੰਘ ਸਪੋਰਟ ਕਲੱਬ ਤੇ ਕਲੱਬ ਰਜਿਸਟਰ ਕਰਾ ਜਾਏ ਇਹਨਾਂ ਖਿਡਾਰੀਆਂ ਦੇ ਵਿੱਚੋਂ ਪਲੇਅਰ ਲੈ ਜਾਣੇ ਉਧਰਲੇ ਪਾਸੇ ਬਲਜੀਤ ਲੀਲਾ ਮੇਘ ਸਿੰਘ ਵਾਲਾ ਕਰਦਾ ਹੋਇਆ ਟਰਾਈ ਇੱਕ ਪਾਸੇ ਪਰਮਜੀਤ ਵੱਜਦੇ ਹੋਏ ਧੱਕੇ ਸਮੇਂ ਦੀਆਂ ਬਾਤਾਂ ਨੇ ਇੱਕ ਪਾਸੇ ਪਰਮਜੀਤ ਨਾਲ ਬਲਜੀਤ ਸਿੰਘ ਕਹਿੰਦੇ ਵੀ ਪੂਰਾ ਜ਼ੋਰ ਮਾਰ ਰਿਹਾ ਨੌਜਵਾਨ ਕਿਉਂਕਿ ਪਿੰਡ ਖੜਾ ਅਮਨ ਲੋਕੋ ਵਾਲਾ ਵੀ ਬੜਾ ਵਧੀਆ ਬੁਲਾਰਾ ਹੈ ਕਹਿੰਦੇ ਵੀ ਅੱਜ ਦੇ ਮੈਚਾਂ ਦੇ ਵਿੱਚ ਉਹ ਵੀ ਬੜੇ ਰੰਗ ਬੰਨੇਗਾ ਸਮੇਂ ਤੋਂ ਬਾਅਦ ਮੈਚ ਹਰਪ੍ਰੀਤ ਸਿੰਘ ਰਾਜੂ ਮੰਗਲੀ ਜਿਨ੍ਹਾਂ ਵੱਲੋਂ ਕਬੱਡੀ ਖਿਡਾਰੀਆਂ ਲਈ ਕਿੱਟਾਂ ਬਣਾਈਆਂ ਗਈਆਂ ਹੈ ਗੋਲਡ ਈਗਲ ਢੁੱਡੀ ਕੇ ਰਣਜੀਤ ਬਾਂਸੀ ਨਿਊਜ਼ੀਲੈਂਡ ਸੇਰੇ ਪੰਜਾਬ ਕਲੱਬ ਮੈਂ ਸੁਖਪਾਲ ਸਪਾਲ ਜਸਪੰਤ ਸਿੰਘ ਡੀ ਪੀ ਆਈ ਪ੍ਰਬੰਧਕ ਅੰਤਰਰਾਸ਼ਟਰੀ ਕਮੈਂਟੈਂਟਰ ਕਨੇਡਾ ਕੁਲਦੀਪ ਸਿੰਘ ਕਲੇਰ ਚੂੜਜਾ ਕਨੇਡਾ ਪੀਤਾ ਕੌਂਕੇ ਕਨੇਡਾ ਰਾਜਵਿੰਦਰ ਬਜੀਤ ਕੇ ਕਨੇਡਾ ਕਨੇਡਾ ਕਿੱਕੀ ਸੇਖਪੁਰ ਕਲਾ ਯੂਕੇ ਰਾਣਾ ਯੂਕੇ ਰੌਲੀ ਪਾਸੇ ਪਰਮਜੀਤ ਤਲਵਾੜੇ ਵਾਲਾ ਪਾਉਂਦਾ ਹੋਇਆ ਕਬੱਡੀ ਨੀਲਾ ਰਾਮਗੜ੍ਹ ਵਾਲਾ ਕਹਿੰਦੇ ਕਰਦਾ ਹੋਇਆ ਟਰਾਈ ਲੀਗ ਮੈਂ ਦੇ ਵਿੱਚ ਆਪ ਸਮੇਂ ਤੋਂ ਬਾਅਦ ਚੱਲਦਾ ਹੋਇਆ ਮੈਚ ਲਓ ਇਸ ਸਰੀਰ ਦਾ ਕਹਿੰਦੇ ਪਹਿਲਾ ਜੱਫਾ ਇਸ ਮੈਚ ਦਾ ਪਰਮਜੀਤ ਨੂੰ ਇੱਧਰ ਨੀਲਾ ਰਾਮਗੜ੍ਹ ਵਾਲਾ ਲਾਉਂਦਾ ਹੋਇਆ ਨੌਜਵਾਨ ਨੀਲਾ ਰਾਮਗੜ੍ਹ ਵਾਲਾ ਪਿੰਡ ਵਾਲਿਆਂ ਧੰਨਵਾਦ ਕਰਨਾ ਲਿਸਟ ਜੀ ਨਾਮ ਬਾਈ ਨੇ ਕਿਹਾ ਵਾ ਹੁਣੀ ਬੋਲਣੇ ਵੀਰੇ ਕਿ ਰੁੱਖ ਤੋਂ ਬੋਲਣੇ ਆਹ ਲਿਖਿਆ ਆਪੀ ਬੋਲਦੇ ਪੜ੍ਹ ਕੇ ਠੀਕ ਹੈ ਬਾਈ ਨਹੀਂ ਆ ਆਹ ਸਾਰਿਆਂ ਨੇ ਬੋਲਦੇ ਚੰਗਾ ਆਮੇ
ਬਾਈ ਨੰਬਰ ਆਪਣੀ ਟੀਮ ਲਈ ਜੋੜਦਾ ਇਸ ਤੋਂ ਅਗਲਾ ਮੈਚ ਪੰਜਾਬੀ ਮੈਟਰੋ ਤੇ ਜੰਗ ਸਪੋਰਟਸ ਕਲੱਬ ਪੰਜਾਬੀ ਮੈਟਰੋ ਤੇ ਜੰਗ ਸਪੋਰਟਸ ਕਲੱਬ ਇਸ ਤੋਂ ਅਗਲਾ ਮੈਚ ਹੋਵੇਗਾ ਉਧਰਲੇ ਪਾਸੇ ਹੈਪੀ ਸ਼ੇਪਰ ਵਾਲਾ ਪਾਉਂਦਾ ਹੋਇਆ ਕਬੱਡੀ ਬਰਜੀਤ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਮਾਲਵਾ ਸਪੋਰਟਸ ਕਲੱਬ ਲਈ ਸੋ ਇਸ ਪਿੰਡ ਦੇ ਸਹਿਯੋਗੀ ਸੱਜਣਾਂ ਦਾ ਵੀ ਬੜਾ ਧੰਨਵਾਦ ਹੈ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਲੀਗ ਹੋਈ ਹੈ ਇੱਧਰਲੇ ਪਾਸੇ ਡਬਲ ਟੱਚ ਦਾ ਨੰਬਰ ਮੱਦੀ ਦੇ ਅੰਕ ਹਿੱਸੇ ਵਿੱਚ ਜੁੜਦਾ ਹੋਇਆ ਸੁਖਦੇਵ ਸਿੰਘ ਸਰਪੰਚ ਜਿਨ੍ਹਾਂ ਦਾ ਬੜਾ ਸਹਿਯੋਗ ਹੈ ਚੰਨਾ ਮੈਂਬਰ ਇਸ ਨੂੰ ਨੰਬਰਦਾਰ ਲਖਵੀਰ ਸਿੰਘ ਮੈਂਬਰ ਮਲੀਕ ਸਿੰਘ ਮੇਜਰ ਸਿੰਘ ਪੂਨਾ ਸਿੰਘ ਮੀਤ ਰਾਜੂ ਸਿੰਘ ਦਰੀਪ ਸਿੰਘ ਜਸਵਿੰਦਰ ਗੋਰਸੀਆ ਸਰਪੰਚ ਪ੍ਰੇਮਾ ਅਮਰੀਕ ਡੈਰੀ ਵਾਲੇ ਗੁਰਚਰਨ ਸਿੰਘ ਮੈਂਬਰ ਰਸਪਾਲ ਸਿੰਘ ਜਗਰਾਓ ਲਓ ਉਧਰਲੇ ਪਾਸੇ ਪਰਮਜੀਤ ਦੀ ਕਬੱਡੀ ਜਾਫੀ ਕਰਦਾ ਹੋਇਆ ਟਰਾਈ ਫਿਰ ਆਪਣੀ ਟੀਮ ਲਈ ਜੋੜਦਾ ਹੋਇਆ ਨੰਬਰ ਸੋਨੀ ਜੋਲੀਆ ਤੋਤਾ ਬਰਮਪਾਲ ਸਤਨਾਮ ਕਾਲਾ ਕਰਿਆਨਾ ਕਹਿੰਦੇ ਕਾਲਾ ਵਪਾਰੀ ਭੈਣੀ ਬਲੂ ਡੈਰੀ ਜੱਸਾ ਸਿੰਘ ਬਾਬਾ ਮਨਵੀਰ ਜਗਤਾਰ ਸਿੰਘ ਪ੍ਰਧਾਨ ਅਮਨਾ ਭਰਪੂਰ ਸਿੰਘ ਸੋ ਬੜਾ ਸਹਿਯੋਗੀ ਸੱਜਣਾ ਧੰਨਵਾਦ ਜਿਹਨਾਂ ਸਹਿਯੋਗ ਸਦਕਾ ਇਹ ਲੀਗ ਦਾ ਕਹਿੰਦੇ ਵੀ ਮੈਚ ਕਰਵਾਇਆ ਜਾ ਰਿਹਾ ਉਧਰਲੇ ਪਾਸੇ ਬਿੱਲਾ ਕਰਦਾ ਪਾਉਂਦਾ ਹੋਇਆ ਕਬੱਡੀ ਪਰ ਨੰਬਰ ਡਬਲ ਟੱਚ ਦਾ ਆਪਣੀ ਟੀਮ ਲਈ ਜੋੜਦਾ ਹੋਇਆ ਹਰਜੀਤ ਬਠਿੰਡੇ ਵਾਲਾ ਕਰਦਾ ਹੋਇਆ ਟਰਾਈ ਇਸ ਤੋਂ ਅਗਲਾ ਮੈਚ ਪੰਜਾਬੀ ਮੈਟਰੋ ਤੇ ਜੰਗ ਸਪੋਰਟਸ ਕਲੱਬ ਦਾ ਹੋਵੇਗਾ ਲਓ ਲੀਲਾ ਕਹਿੰਦੇ ਰਾਮਗੜ ਵਾਲਾ ਦੁੱਗਿਆਂ ਵਾਲੇ ਖੁਸ਼ੀ ਵਾਂਗੂ ਸੈੱਟ ਛੱਡ ਕੇ ਪਹਿਲਾਂ ਹੀ ਨੇੜੇ ਹੋ ਗਿਆ ਪਰ ਨੰਬਰ ਹੈਪੀ ਬੜਾ ਤੇਜ਼ ਖਿਡਾਰੀ ਹੈ ਆਪਣੀ ਟੀਮ ਲਈ ਜੋੜਦਾ ਹੋਇਆ ਸੋ ਇਸ ਤੋਂ ਅਗਲੇ ਬੋਲ ਕਬੱਡੀ ਅੰਤਰਰਾਸ਼ਟਰੀ ਕਮੈਂਟਰ ਅਮਨਾ ਲੋਪੋ ਵਾਲਾ ਛੋਟਾ ਅਮਨ ਜਿਸ ਨੂੰ ਪਿਆਰ ਨਾਲ ਆਖਿਆ ਜਾਂਦਾ ਹੈ ਉਹ ਬੋਲਣਗੇ ਬੜੇ ਵਧੀਆ ਬੁਲਾਰੇ ਨੇ ਲੋਪੋ ਪਿੰਡ ਤੋਂ ਅਮਨਾ ਹੈਲੋ ਕਿ ਕਿਸੇ ਕੋਲ ਨਹੀਂ ਕੋਠਾ ਸੌਣ ਜੋਗਾ ਤੇ ਕੋਈ ਡੰਗਰਾਂ ਨੂੰ ਲੈਂਟਰ ਲਾਈ ਫਿਰਦਾ ਕੋਈ ਸਾਈਕਲ ਵੀ ਲਵੇ ਵਿਆਜ ਉੱਤੇ ਤੇ ਕੋਈ ਕਾਰਾਂ ਵਿੱਚ ਕੁੱਤਿਆਂ ਨੂੰ ਬਿਠਾਈ ਫਿਰਦਾ ਕੋਈ ਮੱਛਰਾਂ ਨੂੰ ਮਾਰਦਾ ਸੌਂ ਜਾਂਦਾ ਤੇ ਕੋਈ ਚੂਚਿਆਂ ਨੂੰ ਜਨਰੇਟਰ ਲਾਈ ਫਿਰਦਾ ਕਿਸੇ ਨੂੰ ਪਤਾ ਨਹੀਂ ਕਿ ਦੌਲਤਾਂ ਕਿੰਨੀਆਂ ਨੇ ਤੇ ਕੋਈ ਨੰਗਾ ਰੱਖ ਕੇ ਵਕਤ ਟਪਾਈ ਫਿਰਦਾ ਕੋਈ ਕੂੜੇ ਦੇ ਢੇਰ ਚੋਂ ਲੱਭੇ ਰੋਟੀ ਕੋਈ ਬੱਚਿਆਂ ਨੂੰ ਬਰਗਰ ਪੀਜੇ ਖਵਾਈ ਫਿਰਦਾ ਰਾਣਾ ਮਾਧੋ ਝੰਡੀਆਂ ਲੱਭਦਾ ਉਸ ਪਰਮਾਤਮਾ ਨੂੰ ਜਿਹੜਾ ਸਾਰੀ ਇਹ ਖੇਡ ਰਚਾਈ ਫਿਰਦਾ ਜਿਹੜਾ ਸਾਰੀ ਇਹ ਖੇਡ ਰਚਾਈ ਫਿਰਦਾ ਚੰਨਾ ਮੈਂਬਰ ਸਾਡਾ ਵੀਰ ਜਿੱਥੇ ਵੀ ਆਵਾਜ਼ ਨੂੰ ਸੁਣਦਾ ਜਲਦੀ ਨਾਲ ਗਰਾਊਂਡ 'ਤੇ ਸੰਪਰਕ ਕਰੇ ਚੰਨਾ ਮੈਂਬਰ ਮਾਲਵੇ ਦੀ ਧਰਤੀ ਜ਼ਿਲ੍ਹਾ ਲੁਧਿਆਣਾ ਤਲਵਾੜੇ ਦੀਆਂ ਖੇਡ ਗਰਾਊਂਡਾਂ ਵਿੱਚ ਕਬੱਡੀ ਦਾ ਗੁਲਾਮ ਖੇਡਿਆ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ ਪੰਜਾਬੀਆਂ ਦੀ ਜਿੰਦ ਜਾਨ ਖੇਡ ਕਬੱਡੀ ਦਾ ਖੇਡਿਆ ਹੋਇਆ ਗੁਲਾਮ ਤੇ ਪੰਜਾਬ ਦੀ ਜਵਾਨੀ ਕਹਿੰਦੇ ਅੱਜ ਦੇ ਸਮੇਂ ਦੇ ਕਬੱਡੀ ਦੇ ਸੁਪਰ ਸਟਾਰ ਖਿਡਾਰੀ ਇਹਨਾਂ ਖੇਡ ਮੈਦਾਨਾਂ ਵਿੱਚ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੋਏ ਉੱਧਰ ਸੂਰਜ ਦੇਵਤਾ ਵੀ ਕਹਿੰਦੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦਾ ਤੇ ਖਿਡਾਰੀ ਕਹਿੰਦੇ ਗਰਾਊਂਡ 'ਚ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੈ ਦੋ ਮੁਕਾਬਲੇ ਕਹਿੰਦੇ ਦੂਸਰਾ ਮੈਚ ਖੇਡਿਆ ਜਾ ਰਿਹਾ ਪਹਿਲਾ ਮੁਕਾਬਲਾ ਬੜਾ ਦੇਖਣ ਯੋਗ ਹੋਇਆ ਇਸ ਕਬੱਡੀ ਲੀਗ ਦਾ ਔਰ ਵੱਡਾ ਧੰਨਵਾਦ ਹੈ ਇਸ ਨਗਰ ਦੇ ਸਮੁੱਚੇ ਭਰਾਵਾਂ ਦਾ ਜਿਨ੍ਹਾਂ ਨੇ ਇਸ ਲੀਗ ਨੂੰ ਕਰਵਾਉਣ ਦੇ ਲਈ ਵਧੀਆ ਉਪਰਾਲਾ ਕੀਤਾ ਉਹਨਾਂ ਸਾਰੀ
योगदानी वीरां दा बड़ा धन्नवाद है साडे बहुत ही सत्कार जो सरपंच सरदार सुखदेव सिंह जी सुखदेव सिंह सरपंच चन्ना साडा वीर मैंबर रेशम नंबरदार लखवीर सिंह मैंबर अमरीक सिंह जी मेजर सिंह पूना सिंह मीत साडा वीर राजू दलीप सिंह जसविंदर सिंह गोरसिया तो सरपंच साडे दरमियान पुजे होए बड़ा धन्नवाद है प्रेमा साडा भरा अमरीक सिंह डेयरी वाले गुरचरण सिंह जी मैंबर बंटी करियाना रशपाल सिंह जगराओ सोनी साडा वीर तोता बख्शा सतनाम टेलीकॉम शिंदा मेवा काला करियाने वाला साडा वीर कीका सिंह काला व्यापारी बिल्लू डेयरी जसा सिंह जगतार सिंह प्रधान अड्डा कमेटी अमना साडा वीर भरपूर सिंह इन्हां सारी भरावां दा धन्नवाद कीता जांदा सुखा फागले वाला जसप्रीत जसा गुरदीप सिंह तल्ला ते गुरदीप विनोद जीता ते राजदीप इन्हां सारी वीरां दा धन्नवाद कीता जांदा है और इस नगर दीआं जिन्नियां भी सत्कारयोग शख्सियतां इत्थे विराजमान है उन्हां सारी सत्कारयोग भरावां दा बहुत वड्डा धन्नवाद कीता जांदा है जिन्हें भी सत्कार जगवीर जेड़े खिलाड़ी को चोट लगी है तो उस दुआले घेरा ना पाओ हवा छड़ दो अंगा पैरों का कोई सियाना हो तो प्लीज फर्स्ट एड ली मुढ़ली सहायता ली ग्राउंड पुज जाए जे कोई अंगा पैरों का सियाना है दर्शकों स्टेज पर कोई मौजूद है बेनती है खिडारी नू फर्स्ट एड लई मुढ़ली सहायता लई ग्राउंड पहुँच जाण कोई भी अंगा पैरों का सियाना हो तलवाड़ा नगर का जिहड़ा लीग कबड्डी टूरनामेंट है वह मालवा टीवी डॉट कॉम के जरिए पूरी दुनिया के लाइव दिखाया जा रहा है जिन्हें भी प्रवासी इस लीग के नाल मालवा टीवी जरिए जुड़ के बैठे सारे वीरां दा धन्नवाद किया जाता कुलदीप कनेडा चूर चक तो और सुखा सदरपुरे तो साडा भरा कनेडा वह भी लाइव देखता है और आस्ट्रेलिया के मैलबर्न शहर में साडा भरा कहिंदे सुखदेव सिंह सेबी कबड्डी खिलाड़ी वह भी इन्हां मैचों का लाइव आनंद माणदा है लाओ मारो ताड़ियां तुहाडे नगर का कबड्डी का नौजवान गभरू कबड्डी पाउंदा होया मेरे वीरो ते दूसरे पासे याफी ने मारी पुछ पर कोई गल नहीं नौजवाना है वधिया प्रदर्शन किया पहला पंजी ने तेरे बारे जरूर सारे दर्शकों को चानना पाया है कि नौजवान गभरू कबड्डी का वधिया खिडारी है लाओ जुड़िए अगली रेड दे नाल आ एक कहिंदे गुरप्रीत एक कहिंदे जंगियाण का कबड्डी का महान ते दूसरा कहिंदे बुरज हरी सिंह का ते आ गभरू का कहिंदे रामगढ़ भुल्लर पिंड है मेरे वीरो ते गुरप्रीत सिंह कहिंदे पॉइंट लैके फिर वापस जा रहा है पंजाबी मैट्रो स्पोर्ट्स क्लब ते यंग स्पोर्ट्स क्लब दे टीमां नूं साडी बेनती है ये टीमां जल्दी नाल ही ग्राउंडां लगे पहुंच जाणगियां मैच समाप्ति दे पलां वल है दूसरा मुकाबला इस लीग दा कहिंदे खेडा जा रहा है अज तलवाड़ा नगर सबुच्चा बधाई दा पात्र है और आने वाली 8 तरीक कहिंदे गलब दे विच इस लीग टूरनामेंट दा जिहड़ा मुकाबला करवाया जाएगा और उस तों बाद 11 तरीक नूं उह शेरपुरे विच कबड्डी लीग दे मैच होणगे सॉरी 2 तरीक जिहड़ी है बारनहाड़ा उस नगर में इस लीग के मैच होंगे सारे खिलाड़ियों को बेनती है अज भी तुसी चलो संतां महापुरशां दे तुसी समागम ते पुजो कोई माड़ी गल नहीं है पर 2 तरीक नूं सारे खिलाड़ियों को बेनती भी 2 बजे पहुंचना है क्योंकि बारनहाड़ा नगर इतों तकरीबन 17 तों 20 किलोमीटर की दूरी के है तो आप लंबा पैंडा तय करना इस लीग का बेनती है समुचे खिलाड़ियों समय के नाल पुजना है तो लाइव वाले भरावान को बेनती है आप भी इस लीग मुकाबले पर समय नाल पुजांगे तो समय की कदर करांगे हाँ जी मैच समाप्त है की लेखे जोखे ने बाई जी समय दे
शहीद भगत सिंह स्पोर्ट्स क्लब के पॉइंट ने जी 24.5 ते मालवा स्पोर्ट्स क्लब के पॉइंट ने 24 ताड़ियां मारो जो मैच वधिया लग्या था अद्धे पॉइंट ते इस मैच दी जित्त होई है 24.5 शहीद भगत सिंह क्लब दे ते 24 पॉइंट मालवा स्पोर्ट्स क्लब दे तलवाड़े का नाम लिया जाएगा ते सारे पिंड लई माण वाली गल है जदों किसी नगर का खिडारी उस पिंड का नाम हर एक पिंड विच मेरे वीरों पूरी दुनिया उच्चा करता है ते बड़े माण वाली गल सारे नगर लई हुंदी है और माण करता है साडा भरा उस खिडारी दी